ਪਤੀ ਨੇ ਕਰਜ਼ਾ ਚੁੱਕ ਕੇ ਪੜਾ ਲਿਖਾ ਕੇ ਆਪਣੀ ਪਤਨੀ ਨੂੰ ਬਣਾਇਆ ਅਫਸਰ ਅੱਗੋਂ ਪਤਨੀ ਨੇ ਕਰ ਦਿੱਤਾ ਵੱਡਾ ਕਾਰਾ ਕਿ ਸੁਣ ਕੇ ਹਰ ਇੱਕ ਵਿਅਕਤੀ ਦੇ ਉੱਡ ਗਏ ਹੋਸ਼ ਜੀ ਹਾਂ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਜਿੱਥੇ ਪਤੀ ਪਤਨੀ ਦੇ ਰਿਸ਼ਤੇ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਪਤੀ ਪਤਨੀ ਜੇਕਰ ਪਤੀ ਨੂੰ ਕੋਈ ਦੁੱਖ ਆ ਜਾਏ ਤਾਂ ਪਤਨੀ ਹਿੱਕ ਤਾਨ ਕੇ ਖੜੀ ਹੋ ਜਾਂਦੀ ਹੈ ਅਜਿਹਾ ਹੀ ਜੇਕਰ ਪਤਨੀ ਦੇ ਨਾਲ ਵੀ ਹੁੰਦਾ ਹੈ ਤਾਂ ਪਤੀ ਵੀ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ ਪਰ ਜਿਹੜੇ ਮਾਮਲੇ ਦੀ ਅੱਜ ਤੁਹਾਨੂੰ ਗੱਲ ਦੱਸਣ ਜਾ ਰያ ਇਸ ਨੂੰ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇੱਕ ਪਤੀ ਜੋ ਆਪਣੀ ਪਤਨੀ ਦੀਆਂ ਹਰ ਇੱਕ ਇੱਛਾਵਾਂ ਪੂਰੀਆਂ ਕਰਦਾ ਹੈ ਪਰ ਉਹ ਉਸ ਤੋਂ ਬਾਅਦ ਵੀ ਪਤਨੀ ਉਸ ਨੂੰ ਕਹਿ ਦਿੰਦੀ ਹੈ ਕਿ ਤਲਾਕ ਦੇ ਦੇ ਨਹੀਂ ਤਾਂ ਮੈਂ ਤੈਨੂੰ ਮਰਵਾ ਦਾਂਗੀ ਜੀ ਹਾਂ ਬਹੁਤ ਹੀ ਚਰਚਿਤ ਰਹਿਣ ਵਾਲਾ ਇੱਕ ਚਿਹਰੇ ਦੀ ਅਸੀਂ ਗੱਲ ਕਰ ਰਹੇ ਹਾਂ ਜੋਤੀ ਮੋਰਿਆ ਜੋ ਇਨ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਬਟੋਰ ਰਹੀ ਹੈ ਜੋਤੀ ਮੋਰਿਆ ਜੀ ਹਾਂ ਅਸੀਂ ਗੱਲ ਕਰ ਰਿਹਾ ਐ ਐਸ ਡੀ ਐਮ ਜੋਤੀ ਮੋਰਿਆ ਜਿਸ ਦੇ ਪਤੀ ਦੇ ਵੱਲੋਂ ਉਸ ਨੂੰ ਪੜਾ ਲਿਖਾ ਕੇ ਅਫਸਰ ਬਣਾਇਆ ਗਿਆ 2012 ਦੇ ਵਿੱਚ ਵਿਆਹ ਹੁੰਦਾ ਹੈ ਜਿਸ ਤੋਂ ਬਾਅਦ ਜੋਤੀ ਮੋਰਿਆ ਕਹਿੰਦੀ ਹੈ ਕਿ ਮੈਂ ਪੜਾ ਪੜ੍ਹਾਈ ਲਿਖਾਈ ਕਰਕੇ ਇੱਕ ਵੱਡਾ ਅਫਸਰ ਬੰਨਾ ਹੈ ਪੀ ਸੀ ਐਸ ਜੋਤੀ ਮੋਰਿਆ ਕਲੀਅਰ ਕਰ ਜਾਂਦੀ ਹੈ ਸਿਰਫ ਆਪਣੇ ਪਤੀ ਤੇ ਆਪਣੇ ਸਹੁਰੇ ਦੇ ਸਾਥ ਕਰਕੇ ਕਿਉਂਕਿ ਉਸਦੇ ਸਾਰੇ ਪਰਿਵਾਰ ਨੇ ਉਸ ਦਾ ਬਹੁਤ ਸਾਥ ਦਿੱਤਾ ਪਰ ਪੀਸੀਐਸ ਕਲੀਅਰ ਕਰਨ ਤੋਂ ਬਾਅਦ 2016 ਦੇ ਵਿੱਚ ਜੋਤੀ ਮੋਰੀਆ ਪੀਸੀਐਸ ਕਲੀਅਰ ਕਰਦੀ ਹੈ ਜਿਸ ਤੋਂ ਬਾਅਦ ਥਰਡ ਰੈਂਕ ਆਉਣ ਤੋਂ ਬਾਅਦ ਜੋਤੀ ਮੋਰੀਆ ਦਾ ਪਿੰਡ ਦੇ ਵਿੱਚੋਂ ਹੁੰਮ ਹਮਾ ਕੇ ਸਵਾਗਤ ਕੀਤਾ ਜਾਂਦਾ ਜਿੱਥੇ ਜੋਤੀ ਮੋਰੀਆ ਖੁਦ ਇਹ ਕਹਿੰਦੀ ਹੈ ਕਿ ਉਹ ਜੋ ਵੀ ਅੱਜ ਆਪਣੇ ਪਤੀ ਤੇ ਆਪਣੇ ਸਹੁਰੇ ਦੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਉਸ ਦਾ ਸਾਥ ਦਿੱਤਾ ਜੋਤੀ ਮੋਰੀਆ ਦੀ 9 ਸਾਲ ਦੀ ਬੱਚੀ ਵੀ ਹੈ ਜਿਸ ਨੂੰ ਉਹ ਆਪਣੇ ਪਤੀ ਦੇ ਨਾਲ ਮਿਲਣ ਨਹੀਂ ਦਿੰਦੀ ਦੱਸਦੀ ਹੈ ਕਿ ਐਸ.ਡੀ.ਐਮ ਦਾ ਅਹੁਦਾ ਮਿਲਣ ਤੋਂ ਬਾਅਦ ਜੋਤੀ ਮੋਹਰੀਆ ਦਾ ਕਿਸੇ ਹੋਰ ਦੇ ਨਾਲ ਪ੍ਰੇਮ ਸੰਬੰਧ ਬਣ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਤਲਾਕ ਦੇ ਦੇ ਨਹੀਂ ਤਾਂ ਚੰਗਾ ਨਹੀਂ ਹੋਏਗਾ ਇੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਪਤੀ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪਤੀ ਦਾ ਕਹਿਣਾ ਹੈ ਕਿ ਉਸਨੇ ਕਰਜ਼ੇ ਚੁੱਕ-ਚੁੱਕ ਕੇ ਆਪਣੀ ਪਤਨੀ ਨੂੰ ਪੜਾਇਆ ਲਿਖਾਇਆ ਉਸ ਨੂੰ ਇਸ ਮੁਕਾਮ ਤੇ ਪਹੁੰਚਾਇਆ ਤੇ ਆਖਰ ਤੇ ਉਸ ਨੂੰ ਤਬ ਕੀ ਮਿਲ ਰਹੀਆਂ ਨੇ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ ਇੱਥੇ ਤੱਕ ਕਿ ਪਤੀ ਦਾ ਇਹ ਵੀ ਕਹਿਣਾ ਹੈ ਕਿ 9 ਸਾਲ ਦੀ ਬੱਚੀ ਆ ਉਹਨਾਂ ਦੀ ਤੇ ਉਸ ਤੋਂ ਵੀ ਮਿਲਨ ਨਹੀਂ ਦਿੱਤਾ ਜਾ ਰਿਹਾ ਐਸਡੀਐਮ ਦਾ ਅਹੁਦੇ ਦਾ ਨਜਾਇਜ਼ ਫੈਦਲ ਚੁੱਕਰੀ ਉਸ ਦੀ ਪਤਨੀ ਤੇ ਉਸ ਨੂੰ ਵੀ ਨੌਕਰੀ ਤੋਂ ਹਟਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਥੇ ਤੁਹਾਨੂੰ ਗੱਲ ਦੱਸ ਦਈਏ ਕਿ ਕੀ ਇਸ ਪੂਰੀ ਘਟਨਾ ਤੋਂ ਬਾਅਦ ਸਿਰਫ ਜੋਤੀ ਮੋਰਿਆ ਤੇ ਉਸ ਦੇ ਪਤੀ ਦੀ ਰਿਸ਼ਤੇ ਤੇ ਨਹੀਂ ਅਸਰ ਪੈ ਰਿਹਾ ਸਗੋਂ ਬਹੁਤ ਪਰਿਵਾਰਾਂ ਤੇ ਅਸਰ ਪੈ ਰਿਹਾ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਯੂਪੀ ਬਿਹਾਰ ਦੇ ਇਲਾਕਿਆਂ ਦੇ ਵਿੱਚ ਕਾਫੀ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਇੱਕ ਅਜਿਹਾ ਮਾਮਲਾ ਹੀ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ 10 ਸਾਲਾਂ ਤੋਂ ਉਸ ਦਾ ਪਤੀ ਉਸ ਨੂੰ ਪੜਾ ਰਿਹਾ ਸੀ ਪਰ ਜੋਤੀ ਮੋਰਿਆ ਦੇ ਕਿਸੇ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਪੜਾਣਾ ਬੰਦ ਕਰ ਦਿੱਤਾ ਕਿਉਂਕਿ ਉਸ ਦੇ ਪਤੀ ਨੂੰ ਲੱਗਦਾ ਹੈ ਕਿ ਉਹ ਵੀ ਜੋਤੀ ਮੋਰਿਆ ਵਾਂਗ ਦਗਾਬਾਜ਼ੀ ਕਰੇਗੀ ਜਿਸ ਤੋਂ ਬਾਅਦ ਉਸ ਔਰਤ ਦਾ ਕਹਿਣਾ ਹੈ ਕਿ ਜੋਤੀ ਮੋਰਿਆ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਹੀ ਜੋਤੀ ਮੋਰਿਆ ਦੇ પતિ ਦਾ ਵੀ ਇਹੀ ਕਹਿਣਾ ਹੈ ਕਿ ਉਸਨੇ ਬਹੁਤ ਹੀ ਜ਼ਿਆਦਾ ਕਰਜ਼ੇ ਚੁੱਕ ਚੁੱਕਾ ਆਪਣੀ ਪਤਨੀ ਨੂੰ ਇਸ ਮੁਕਾਮ ਤੇ ਪਹੁੰਚਾਇਆ ਤੇ ਆਖਰ ਜਦੋਂ ਉਹ ਐਸਜੀਐਮ ਬਣ ਗਈ ਹੈ ਵਧੀਆ ਅਹੁਦੇ ਤੇ ਚੜੀ ਗਈ ਹੈ ਤਾਂ ਉਹ ਆਪਣੇ પતિ ਨੂੰ ਧਮਕੀਆਂ ਦੇ ਰਹੀ ਹੈ ਸੋ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹੈ ਜੋਤੀ ਮੋਰਿਆ ਦਾ પતિ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਇਸ ਮਾਮਲੇ ਦੇ ਵਿੱਚ ਤੁਹਾਨੂੰ ਗਲਤ ਕੌਣ ਲੱਗਦਾ ਹੈ ਤੇ ਜੋਤੀ ਮੋਰਿਆ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਵੀ ਜ਼ਰੂਰ ਦੱਸਦੇ ਜਾਣਾ